ਮਸੀਹ ਯਿਸੂ ਵਿੱਚ ਆਪ ਸਭ ਦੀ ਸਲਾਮਤੀ ਹੋਵੇ ਸ਼ਾਂਤੀ ਦਾ ਰੂਹ ਤੁਹਾਡੇ ਸਭਨਾ ਦੇ ਦਿਲਾਂ ਵਿੱਚ ਮਸੀਹ ਯਿਸੂ ਦੇ ਫਜ਼ਲ ਨਾਲ ਠਹਿਰਾ ਰਹੇ ਅੱਜ ਦਾ ਵਿਸ਼ਾ ਜੋ ਮਸੀਹ ਕਲਿਸਿਆ ਨਾਲ ਅਸੀਂ ਇਸ ਵੀਡੀਓ ਦੇ ਮਾਧਿਮ ਰਾਹੀਂ ਮੁਕਾਸ਼ਫੇ ਦੇ ਰੂਹ ਦੀ ਮਦਦ ਨਾਲ ਸਾਂਝਾ ਕਰਨ ਜਾ ਰਹੇ ਹਾਂ ਬਨੀਆਮੀਨ ਯੂਸਫ ਦਾ ਭਰਾ ਜੋ ਯਾਕੂਬ ਦੇ ਪੁੱਤਰਾਂ ਵਿੱਚੋਂ ਸਭ ਤੋਂ ਛੋਟਾ ਸੀ ਉਹ ਸਚਾਈ ਦੇ ਰੂਹ ਦੀ ਪਹਿਲੇ ਆਦਮ ਦੀ ਤਰ੍ਹਾਂ ਜਿਸਮਾਨੀ ਤਮਸੀਲ ਹੈ ਤਸਵੀਰ ਹੈ ਕਿਵੇਂ ਔਰ ਕਿਸ ਤਰ੍ਹਾਂ ਕਲਾਮ ਦੀ ਗਵਾਹੀ ਅਤੇ ਮੁਕਾਸ਼ਫਾ ਦੀ ਰੂਹ ਸਾਡੇ ਨਾਲ ਮਦਦਗਾਰ ਹੋਵੇ ਖੁਦਾ ਬਾਪਦਾ ਜ਼ਿੰਦਾ ਕਲਾਮ ਸਾਨੂੰ ਹਦਾਇਤ ਕਰਦਾ ਹੈ ਕਿ ਤੁਹਾਡੇ ਦਿਲ ਦੀਆਂ ਅੱਖਾਂ ਨੂੰ ਚਾਨਣ ਹੋਵੇ ਤਾ ਜੋ ਤੁਸੀਂ ਜਾਣ ਲਵੋ ਭਈ ਉਹਦੇ ਸੱਦੇ ਤੋਂ ਕੀ ਆਸ ਹੁੰਦੀ ਹੈ ਅਤੇ ਸੰਤਾ ਵਿੱਚ ਉਹਦੇ ਤੇਜਵਾਨ ਅਧਕਾਰ ਦਾ ਧਨ ਕੀ ਹੈ ਜਦ ਯਕੂਬ ਨੇ ਵੇਖਿਆ ਕਿ ਮਿਸਰ ਵਿੱਚ ਅੰਨ ਹੈ ਤਾਂ ਯਕੂਬ ਨੇ ਆਪਣੇ ਪੁੱਤਰਾਂ ਨੂੰ ਆਖਿਆ ਤੁਸੀਂ ਕਿਉਂ ਇੱਕ ਦੂਜੇ ਵੱਲ ਵੇਖਦੇ ਹੋ ਨਾਲੇ ਉਸ ਨੇ ਆਖਿਆ ਵੇਖੋ ਮੈਂ ਸੁਣਿਆ ਹੈ ਕਿ ਮਿਸਰ ਵਿੱਚ ਅੰਨ ਹੈ ਤਾਂ ਉਥੇ ਉਤਰ ਜਾਓ ਔਰ ਤੁਸੀਂ ਉਥੋਂ ਸਾਡੇ ਲਈ ਅੰਨ ਵਿਹਾਜ ਲੈ ਆਓ ਤਾਂ ਜੋ ਅਸੀਂ ਜਿਉਂਦੇ ਰਹੀਏ ਔਰ ਮਰ ਨਾ ਜਾਈਏ ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੋ ਨੇਚਾ ਕਰਦਾ ਹੈ ਸਦੀਪਕ ਜਿਉਣ ਉਸੇ ਦਾ ਹੈ ਜਿਉਂਦੀ ਰੋਟੀ ਮੈਂ ਹਾਂ ਤੁਹਾਡੇ ਪਿਓ ਦਾਦਿਆ ਨੇ ਉਜਾੜ ਵਿੱਚ ਮਨ ਖਾਦਾ ਅਤੇ ਮਰ ਗਏ ਜਿਹੜੀ ਰੋਟੀ ਸੁਰਗੋਂ ਉਤਰਦੀ ਹੈ ਭਈ ਮਨੁੱਖ ਉਸ ਵਿੱਚੋਂ ਖਾ ਕੇ ਨਾ ਮਰੇ ਸੋ ਇਹੋ ਹੈ ਉਹ ਜਿਉਂਦੀ ਰੋਟੀ ਜੋ ਸੁਰਗੋਂ ਉਤਰੀ ਸੋ ਮੈਂ ਹਾਂ ਜੇ ਕੋਈ ਇਸ ਰੋਟਿਓਂ ਕੁਝ ਖਾਵੇ ਤਾਂ ਉਹ ਸਦਾ ਤਿਕ ਜਿਉਂਦਾ ਰਹੇਗਾ ਅਤੇ ਜੋ ਰੋਟੀ ਮੈਂ ਦਿਆਂਗਾ ਸੋ ਮੇਰਾ ਮਾਸ ਹੈ ਜਿਹੜਾ ਜਗਤ ਦੇ ਜਿਉ ਲਈ ਮੈਂ ਦਿਆਂਗਾ ਸੋ ਯੂਸਫ ਦੇ ਦਸੇ ਭਰਾ ਮਿਸਰ ਵਿੱਚ ਅਨ ਵਿਹਾਜਨ ਉਤਰ ਗਏ ਪਰ ਯੂਸਫ ਦੇ ਭਰਾ ਬਨੀਆਮੀ ਨੂੰ ਯਕੂਬ ਨੇ ਉਹਦੇ ਭਰਾਵਾਂ ਦੇ ਸੰਗ ਨਾ ਕੱਲਿਆ ਕਿਉਂ ਜੋ ਉਸਨੇ ਆਖਿਆ ਕਿਤੇ ਉਸ ਉੱਤੇ ਵਿਪਤਾ ਨਾ ਪਵੇ ਤਾਂ ਇਜ਼ਰਾਇਲ ਦੇ ਪੁੱਤਰ ਅਨ ਵਿਹਾਜ ਲਈ ਹੋਰ ਆਉਣ ਵਾਲਿਆਂ ਦੇ ਸੰਗ ਆਏ ਕਿਉਂ ਜੋ ਕਨਾਹ ਦੇਸ਼ ਵਿੱਚ ਕਾਲ ਸੀ ਯੂਸਫ ਉਸ ਦੇਸ਼ ਉੱਤੇ ਹਾਕਮ ਸੀ ਔਰ ਉਸ ਦੇਸ਼ ਦੇ ਸਾਰੇ ਲੋਕਾਂ ਦੇ ਕੋਲ ਅਨ ਵੇਚਦਾ ਸੀ ਯਾਨੀ ਕਿ ਮਿਸਰ ਵਿੱਚ ਜੋ ਯੂਸਫ ਦੇ ਭਰਾ ਆਏ ਔਰ ਧਰਤੀ ਵੱਲ ਮੂੰਹ ਕਰਕੇ ਉਸ ਦੇ ਅੱਗੇ ਝੁਕੇ ਯੂਸਫ ਨੇ ਆਪਣੇ ਭਰਾਵਾਂ ਨੂੰ ਵੇਖਿਆ ਔਰ ਉਹਨਾਂ ਨੂੰ ਪਛਾਣ ਲਿਆ ਪਰ ਉਸ ਨੇ ਆਪਣੇ ਆਪ ਨੂੰ ਉਹਨਾਂ ਲਈ ਓਪਰਾ ਬਣਾਇਆ ਔਰ ਉਹਨਾਂ ਨੂੰ ਤਰੜਾਈ ਨਾਲ ਬੋਲਿਆ ਔਰ ਉਹਨਾਂ ਨੂੰ ਆਖਿਆ ਤੁਸੀਂ ਕਿੱਥੋਂ ਆਏ ਹੋ ਤਾਂ ਉਹਨਾਂ ਨੇ ਆਖਿਆ ਕਨਾਨ ਦੇਸ਼ ਤੋਂ ਅੰਨ ਵਿਹਾਜਨ ਯੂਸਫ ਨੇ ਆਪਣੇ ਭਰਾਵਾਂ ਨੂੰ ਪਛਾਣ ਲਿਆ ਪਰ ਉਹਨਾਂ ਨੇ ਉਹਨੂੰ ਨਾ ਪਛਾਣਿਆ ਤਾਂ ਵੇਖੋ ਉਸੇ ਦਿਨ ਉਹਨਾਂ ਵਿੱਚੋਂ ਦੋ ਜਣੇ ਇਮਿਉਸ ਨਾਉ ਦੇ ਇੱਕ ਪਿੰਡ ਨੂੰ ਜਾਂਦੇ ਸਨ ਜਿਹੜਾ ਯਰੂਸ਼ਲੇਮ ਤੋਂ 5 ਕੋਹ ਬਾਅਦ ਤੇ ਹੈ ਸੋ ਉਹਨਾਂ ਸਭਨਾ ਗੱਲਾਂ ਦੇ ਵਿਖੇ ਜੋ ਬੀਤੀਆਂ ਸਨ ਆਪੋ ਵਿੱਚ ਗੱਲਬਾਤ ਕਰਦੇ ਸਨ ਅਤੇ ਐਵੇਂ ਹੋਇਆ ਕਿ ਜਾਂ ਉਹ ਗੱਲਬਾਤ ਔਰ ਚਰਚਾ ਕਰਦੇ ਸਨ ਤਾਂ ਯਿਸੂ ਆਪ ਨੇੜੇ ਆਣ ਕੇ ਉਨ੍ਹਾਂ ਦੇ ਨਾਲ ਤੁਰਿਆ ਗਿਆ ਪਰ ਉਨ੍ਹਾਂ ਦੇ ਨੇਤਰ ਬੰਦ ਕੀਤੇ ਗਏ ਸਨ ਭਈ ਉਹ ਨੂੰ ਨਾ ਸਿਆਨਣ ਅਤੇ ਯੂਸਫ ਨੂੰ ਉਹ ਸੁਫਨੇ ਜਿਹੜੇ ਉਸ ਨੇ ਉਨ੍ਹਾਂ ਦੇ ਵਿਖੇ ਵੇਖੇ ਸਨ ਚੇਤੇ ਆਏ ਔਰ ਉਸ ਨੇ ਉਨ੍ਹਾਂ ਨੂੰ ਆਖਿਆ ਤੁਸੀਂ ਖੋਜੀ ਹੋ ਔਰ ਦੇਸ਼ ਦੀ ਦੁਰਦਸ਼ਾ ਵੇਖਣ ਆਏ ਹੋ ਉਨ੍ਹਾਂ ਨੇ ਉਸ ਨੂੰ ਆਖਿਆ ਨਹੀਂ ਸਵਾਮੀ ਜੀ ਤੁਹਾਡੇ ਦਾਸ ਅਨ ਵਿਹਾਜਣ ਆਏ ਹਨ ਅਸੀਂ ਸਾਰੇ ਇੱਕ ਮਨੁੱਖ ਦੇ ਪੁੱਤਰ ਹਾਂ ਔਰ ਅਸੀਂ ਸੱਚੇ ਹਾਂ ਅਸੀਂ ਤੁਹਾਡੇ ਦਾਸ ਖੋਜੀ ਨਹੀਂ ਹਾਂ ਪਰ ਉਸ ਨੇ ਉਹਨਾਂ ਨੂੰ ਆਖਿਆ ਨਹੀਂ ਸਗੋ ਦੇਸ਼ ਦੀ ਦੁਰਦਸ਼ਾ ਵੇਖਣ ਆਏ ਹੋ ਉਹਨਾਂ ਆਖਿਆ ਅਸੀਂ ਤੁਹਾਡੇ ਦਾਸ 12 ਭਰਾ ਹਾਂ ਅਤੇ ਕਨਾਹ ਦੇਸ਼ ਦੇ ਇੱਕ ਹੀ ਮਨੁੱਖ ਦੇ ਪੁੱਤਰ ਹਾਂ ਅਤੇ ਵੇਖੋ ਸਭ ਤੋਂ ਛੋਟਾ ਅੱਜ ਦੇ ਦਿਨ ਸਾਡੇ ਪਿਤਾ ਦੇ ਕੋਲ ਹੈ ਔਰ ਇੱਕ ਹੈ ਨਹੀਂ ਫਿਰ ਉਹਨੇ ਜੋ ਇੱਕ ਹੈ ਨਹੀਂ ਜੋ ਛੋਟਾ ਹੈ ਉਹ ਬਨੀਆਮੀਨ ਦੀ ਗੱਲ ਕਰਦੇ ਪਏ ਨੇ ਔਰ ਜੋ ਇੱਕ ਹੈ ਨਹੀਂ ਉਹ ਯੂਸਫ ਦੀ ਗੱਲ ਕਰਦੇ ਪਏ ਨੇ ਫਿਰ ਉਹਨੇ ਪਹਾੜ ਉੱਤੇ ਚੜ ਕੇ ਜਿਨ੍ਹਾਂ ਨੂੰ ਉਹ ਆਪ ਚਾਹੁੰਦਾ ਸੀ ਉਹਨਾਂ ਨੂੰ ਕੋਲ ਸੱਦਿਆ ਅਤੇ ਉਹ ਉਸ ਦੇ ਕੋਲ ਆਏ। ਔਰ ਉਹਨੇ 12 ਪੁਰਸ਼ ਠਹਿਰਾਏ ਜੋ ਉਸ ਦੇ ਨਾਲ ਰਹਿਣ ਅਤੇ ਉਹ ਉਹਨਾਂ ਨੂੰ ਭੇਜੇ ਭਈ ਪ੍ਰਚਾਰ ਕਰਨ। ਉਸੇ ਘੜੀ ਚੇਲੇ ਯਸੂ ਕੋਲ ਆਣ ਕੇ ਬੋਲੇ ਜੋ ਸੁਰਗ ਦੇ ਰਾਜ ਵਿੱਚ ਸਭਨਾਂ ਨਾਲੋਂ ਵੱਡਾ ਕੌਣ ਹੈ? ਤਾਂ ਉਸਨੇ ਇੱਕ ਛੋਟੇ ਬਾਲਕ ਨੂੰ ਕੋਲ ਸਾਧ ਕੇ ਉਸ ਨੂੰ ਉਹਨਾਂ ਦੇ ਵਿਚਾਲੇ ਖੜਾ ਕੀਤਾ। ਅਤੇ ਕਿਹਾ ਮੈਂ ਤੁਹਾਨੂੰ ਸੱਤ ਆਖਦਾ ਹਾਂ ਭਈ ਜੇ ਤੁਸੀਂ ਨਾ ਮੁੜੋ ਅਤੇ ਛੋਟਿਆਂ ਬਾਲਕਾਂ ਵਾਂਗੂ ਨਾ ਬਣੋ ਤਾਂ ਸੁਰਗ ਦੇ ਰਾਜ ਵਿੱਚ ਕਦੀ ਨਾ ਵੜੋਗੇ ਉਪਰੰਤ ਜੋ ਕੋਈ ਆਪਣੇ ਆਪ ਨੂੰ ਇਸ ਬਾਲਕ ਵਾਂਗੂ ਛੋਟਾ ਜਾਣੇ ਸੋਈ ਸੁਰਗ ਦੇ ਰਾਜ ਵਿੱਚ ਸਭਨਾ ਨਾਲੋਂ ਵੱਡਾ ਹੈ ਅਤੇ ਜੋ ਕੋਈ ਮੇਰੇ ਨਾਮ ਕਰਕੇ ਅਜਿਹੇ ਇੱਕ ਬਾਲਕ ਨੂੰ ਕਬੂਲ ਕਰੇ ਸੋ ਮੈਨੂੰ ਕਬੂਲ ਕਰਦਾ ਹੈ ਛੋਟੇ ਦਾ ਮਤਲਬ ਛੋਟੇ ਦਾ ਮਤਲਬ ਖੁਦਾਵੰ ਯਿਸੂਸੀ ਤਮਸੀਲ ਦੇ ਤੌਰ ਤੇ ਚੇਲਿਆਂ ਨਾਲ ਗੱਲ ਕਰਦੇ ਪਏ ਛੋਟਾ ਯਾਨੀ ਕਿ ਬਾਪ ਤੋਂ ਬਾਅਦ ਮਸੀਹ ਯਿਸੂ ਔਰ ਮਸੀਹ ਯਿਸੂ ਤੋਂ ਬਾਅਦ ਰੂਹਲ ਕੁਦਸ ਛੋਟੇ ਦੇ ਮਾਨੇ ਯਿਸੂਸੀ ਰੂਹਲ ਕੁਦਸ ਦੀ ਬਾਬਤ ਗੱਲ ਕਰਦੇ ਪਏ ਸਨ ਤਦ ਯਿਸੂ ਨੇ ਆਖਿਆ ਬਾਲਕਾਂ ਨੂੰ ਕੁਝ ਨਾ ਆਖੋ ਔਰ ਉਹਨਾਂ ਨੂੰ ਮੇਰੇ ਕੋਲ ਆਉਣ ਤੋਂ ਨਾ ਵਰਜੋ ਕਿਉਂ ਜੋ ਸੁਰਗ ਦਾ ਰਾਜ ਇਹੋ ਜਿਹਾ ਦਾ ਹੈ ਕਿਉਂਕਿ ਯਿਸੂਮਸੀ ਤੋਂ ਬਾਅਦ ਉਹੀ ਛੋਟਾ ਹੈ ਜਿਹੜਾ ਸਵਰਗ ਤੋਂ ਉਤਰਿਆ ਬਾਪ ਤੋਂ ਬਾਅਦ ਯਿਸੂਮਸੀ ਔਰ ਯਿਸੂਮਸੀ ਤੋਂ ਬਾਅਦ ਖੁਦਾਵੰਦਾ ਆਤਮਾ ਰੂਹਲ ਕੁਦਸ ਜਿਹੜਾ ਬਾਪ ਅਤੇ ਯਿਸੂਮਸੀ ਤੋਂ ਤੀਸਰੇ ਸਥਾਨ ਤੇ ਛੋਟਾ ਹੈ ਤਾਂ ਇਸੇ ਲਈ ਖੁਦਾਵੰ ਨੇ ਛੋਟੇ ਦੀ ਤਮਸੀਲ ਦੇ ਕੇ ਆ ਬੱਚਿਆਂ ਦੀ ਤਮਸੀਲ ਦੇ ਕੇ ਉਸ ਪਾਕਰੂ ਦੀ ਗੱਲ ਪਾਕਰੂ ਵੱਲ ਇਸ਼ਾਰਾ ਕਰਦੇ ਹੋਏ ਗੱਲ ਕੀਤੀ ਇਸੇ ਤਰ੍ਹਾਂ ਹੀ ਬਿਨੀਆਮੀਨ ਵੀ ਸਾਰੇ ਭਰਾਵਾਂ ਨਾਲੋਂ ਛੋਟਾ ਸੀਗਾ ਤੇ ਬਿਨੀਆਮੀਨ ਜੋ ਹੈ ਉਹ ਪਾਕਰੂ ਦੀ ਤਮਸੀਲ ਹੈ ਜਿਸ ਤਰ੍ਹਾਂ ਯੂਸਫ ਆਪਣੇ ਭਾਈਆਂ ਦੇ ਲਈ ਲਾਪਤਾ ਸੀ ਉਸੇ ਤਰ੍ਹਾਂ ਯਸੂ ਵੀ ਤਿੰਨ ਦਿਨ ਅਤੇ ਤਿੰਨ ਰਾਤ 12 ਸ਼ਾਗਿਰਦਾਂ ਦੇ ਲਈ ਲਾਪਤਾ ਸਨ ਪਰ ਹਫਤੇ ਦੇ ਪਹਿਲੇ ਦਿਨ ਅਮਰਤ ਵੇਲੇ ਉਹ ਉਹਨਾਂ ਸੁਗੰਧਾਂ ਨੂੰ ਜਿਹੜੀਆਂ ਤਿਆਰ ਕੀਤੀਆਂ ਸਨ ਲੈ ਕੇ ਕਬਰ ਉੱਤੇ ਆਈਆਂ ਅਤੇ ਉਹਨਾਂ ਨੇ ਪੱਥਰ ਨੂੰ ਕਬਰੋਂ ਲਾਂਬੇ ਰਿੜਿਆ ਪਿਆ ਹੋਇਆ ਡਿੱਠਾ ਅਤੇ ਅੰਦਰ ਜਾ ਕੇ ਪ੍ਰਭੂ ਯਸੂ ਦੀ ਲੋਥ ਨਾ ਪਾਈ ਤਾਂ ਯੂਸਫ ਨੇ ਉਹਨਾਂ ਨੂੰ ਆਖਿਆ ਇਹ ਉਹ ਤਾਂ ਗੱਲ ਹੈ ਜਿਹੜੀ ਮੈਂ ਤੁਹਾਡੇ ਨਾਲ ਕੀਤੀ ਕਿ ਤੁਸੀਂ ਖੋਜੀ ਹੋ ਇਸੇ ਤੋਂ ਤੁਸੀਂ ਪਰਖੇ ਜਾਓਗੇ ਫਰੀਓ ਦੀ ਜਾਨ ਦੀ ਸੌ ਜਦ ਤੱਕ ਤੁਹਾਡਾ ਨਿੱਕਾ ਭਰਾ ਇੱਥੇ ਨਹੀਂ ਆ ਜਾਂਦਾ ਤੁਸੀਂ ਇੱਥੋਂ ਨਿਕਲ ਨਾ ਸਕੋਗੇ ਉਸ ਨੇ ਆਪਣੇ ਦੁੱਖ ਭੋਗਨ ਦੇ ਮਗਰੋਂ ਆਪ ਨੂੰ ਉਹਨਾਂ ਉੱਤੇ ਬਹੁਤਿਆਂ ਪਰਮਾਣਾਂ ਨਾਲ ਜਿਉਂਦਾ ਪ੍ਰਗਟ ਕੀਤਾ ਯਾਨੀ ਕਿ ਯਸੂ ਨੇ ਆਪਣੇ ਚੇਲਿਆਂ ਉੱਤੇ ਬਹੁਤਿਆਂ ਪਰਮਾਣਾਂ ਨਾਲ ਜਿਉਂਦਾ ਪ੍ਰਗਟ ਕੀਤਾ ਸਲੀਬ ਦੀ ਮੌਤ ਦੇ ਪਿੱਛੋਂ ਮੁਰਦਿਆਂ ਵਿੱਚੋਂ ਜੀਣ ਦੇ ਮਗਰੋਂ ਆਪਣੇ ਚੇਲਿਆਂ ਉੱਤੇ ਬਹੁਤ ਪਰਮਾਣਾ ਨਾਲ ਜਿਉਂਦਾ ਪ੍ਰਗਟ ਕੀਤਾ ਕਿ ਉਹ 40 ਦਿਨਾਂ ਤੀਕ ਉਹਨਾਂ ਨੂੰ ਦਰਸ਼ਨ ਦੇਂਦਾ ਅਤੇ ਪਰਮੇਸ਼ਰ ਦੇ ਰਾਜ਼ ਦੀਆਂ ਗੱਲਾਂ ਕਰਦਾ ਰਿਹਾ ਔਰ ਉਹਨਾਂ ਦੇ ਨਾਲ ਇਕੱਠੇ ਹੋ ਕੇ ਉਸ ਨੇ ਉਹਨਾਂ ਨੂੰ ਹੁਕਮ ਦਿੱਤਾ ਭਈ ਯਰੂਸ਼ਲਮ ਤੋਂ ਬਾਹਰ ਨਾ ਜਾਓ ਪਰ ਪਿਤਾ ਦੇ ਉਸ ਕਰਾਰ ਦੀ ਉਡੀਕ ਵਿੱਚ ਰਹੋ ਜਿਹਦੇ ਵਿਖੇ ਤੁਸਾਂ ਮੈਥੋਂ ਸੁਣਿਆ ਇਸੇ ਤਰ੍ਹਾਂ ਯੂਸਫ ਆਪਣੇ ਭਾਈਆਂ ਨੂੰ ਕਹਿ ਰਿਹਾ ਹੈ ਕਿ ਜਦ ਤੱਕ ਕੋ ਛੋਟਾ ਨਾ ਆਵੇ ਤਾਂ ਇੱਥੇ ਯਿਸੂਮਸੀ ਆਪਣੇ ਭਾਈਆਂ ਨੂੰ ਆਪਣੇ ਸ਼ਗਿਰਦਾਂ ਨੂੰ ਆਪਣੇ ਚੇਲਿਆਂ ਨੂੰ ਕਹਿਣ ਦਿਆ ਹੈ ਕਿ ਜਿਹਦਾ ਮੈਂ ਤੁਹਾਡੇ ਨਾਲ ਇਕਰਾਰ ਕੀਤਾ ਜਦ ਤੱਕ ਉਹ ਨਾ ਆਵੇ ਤਾਂ ਯਰੂਸ਼ਲਮ ਤੋਂ ਬਾਹਰ ਨਾ ਜਾਣਾ ਆਪਣੇ ਵਿੱਚੋਂ ਇੱਕ ਨੂੰ ਕੱਲੋ ਔਰ ਤੁਹਾਡੇ ਭਰਾ ਨੂੰ ਲੈ ਆਵੇ ਫਿਰ ਯੂਸਫ ਆਪਣੇ ਭਾਈਆਂ ਨੂੰ ਕਹਿੰਦਾ ਹੈ ਆਪਣੇ ਵਿੱਚੋਂ ਇੱਕ ਨੂੰ ਕੱਲੋ ਔਰ ਤੁਹਾਡੇ ਭਰਾ ਨੂੰ ਲੈ ਆਵੇ ਪਰ ਤੁਸੀਂ ਇੱਥੇ ਕੈਦੀ ਹੋ ਕੇ ਰਹੋ ਤਾਂ ਜੋ ਤੁਹਾਡੀਆਂ ਗੱਲਾਂ ਪਰਖੀਆਂ ਜਾਣ ਕਿ ਤੁਹਾਡੇ ਵਿੱਚ ਸਚਾਈ ਹੈ ਪਰ ਜੇ ਨਹੀਂ ਤਾਂ ਫਰੀਓਨ ਦੀ ਜਾਨ ਦੀ ਸੋਂ ਤੁਸੀਂ ਜ਼ਰੂਰ ਖੋਜੀ ਹੋ ਸਚਾਈ ਦਾ ਮਤਲਬ ਯੂਸਫ ਦੇ ਭਾਈਆਂ ਦੀ ਜਿਹੜੀ ਸਚਾਈ ਸੀਗੀ ਉਹ ਛੋਟਾ ਜਿਹੜਾ ਬਿਨੀਆਮੀਨ ਸੀਗਾ ਜਿਹੜਾ ਸਾਰੇ ਭਰਾਵਾਂ ਨਾਲੋਂ ਯਾਕੂਬ ਦਾ ਪੁੱਤਰ ਇਜ਼ਰਾਇਲ ਦਾ ਪੁੱਤਰ ਸਾਰੇ ਭਰਾਵਾਂ ਨਾਲੋਂ ਛੋਟਾ ਭਰਾ ਸੀਗਾ ਜਿਹੜਾ ਕਿ پاک ਰੂਹ ਦੀ ਤਮਸੀਲ ਹੈ ਸਚਾਈ ਦੇ ਰੂਹ ਦੀ ਤਮਸੀਲ ਹੈ ਤੇ ਇਸੇ ਤਰੀਕੇ ਨਾਲ ਬਿਨੀਆਮੀਨ ਦੇ ਆਉਣ ਨਾਲ ਯੂਸਫ ਦੇ ਭਾਈਆਂ ਦੀ ਸਚਾਈ ਜ਼ਾਹਿਰ ਹੋਣੀ ਸੀ ਇਸੇ ਤਰ੍ਹਾਂ ਹੀ ਜਦੋਂ ਯਿਸੂਸੀ ਨੇ ਆਪਣੇ ਸ਼ਾਗਿਰਦਾਂ ਚੇਲਿਆਂ ਨੂੰ ਕਿਹਾ ਕਿ ਯਰੂਸ਼ਲਮ ਤੋਂ ਬਾਹਰ ਨਾ ਜਾਣਾ ਜਦ ਤੱਕ ਤੁਸੀਂ ਉਹ ਜਿਹੜਾ ਵਾਅਦਾ ਮੈਂ ਤੁਹਾਡੇ ਨਾਲ ਕੀਤਾ ਹੈ ਉਹ ਜਿਹੜੀ ਕੂਬਤ ਆ ਉਹ ਜਿਹੜੀ ਪਾਕ ਰੂ ਦੀ ਜਿਹੜੀ ਤਾਕਤ ਹੈ ਜਦ ਤੱਕ ਨਾ ਹਾਸਿਲ ਕਰ ਲੋ ਯਾਨੀ ਕਿ ਸਚਾਈ ਦਾ ਰੂਹ ਆਪਣੇ ਵਿੱਚੋਂ ਇੱਕ ਨੂੰ ਕੱਲੋ ਔਰ ਤੁਹਾਡੇ ਭਰਾ ਨੂੰ ਲੈ ਆਵੇ ਪਰ ਤੁਸੀਂ ਇੱਥੇ ਕੈਦੀ ਹੋ ਕੇ ਰਹੋ ਤਾਂ ਜੋ ਤੁਹਾਡੀਆਂ ਗੱਲਾਂ ਪਰਖੀਆਂ ਜਾਣ ਕੇ ਤੁਹਾਡੇ ਵਿੱਚ ਸਚਾਈ ਹੈ ਪਰ ਜੇ ਨਹੀਂ ਤਾਂ ਫਰਿਉਨ ਦੀ ਜਾਨ ਦੀ ਸੌ ਤੁਸੀਂ ਜ਼ਰੂਰ ਖੋਜੀ ਹੋ ਸਚਾਈ ਮਤਲਬ ਬਨੀਆਮੀ ਸਚਾਈ ਮਤਲਬ ਸਚਾਈ ਦਾ ਰੂਹ ਯਾਨੀ ਬਨੀਆਮੀ ਉਸ ਉਹਨਾਂ ਨੂੰ ਤਿੰਨ ਦਿਨਾ ਤੀਕ ਇਕੱਠੇ ਕੈਦ ਵਿੱਚ ਬੰਦ ਰੱਖਿਆ ਤਾਂ ਤੀਜੇ ਦਿਨ ਯੂਸਫ ਨੇ ਉਹਨਾਂ ਨੂੰ ਆਖਿਆ ਐਂ ਕਰੂ ਤਾਂ ਜੋ ਕਿਉਂ ਜੋ ਮੈਂ ਪਰਮੇਸ਼ਰ ਤੋਂ ਡਰਦਾ ਹਾਂ ਜੇ ਤੁਸੀਂ ਸੱਚੇ ਹੋ ਤਾਂ ਤੁਹਾਡੇ ਭਰਾਵਾਂ ਵਿੱਚੋਂ ਇੱਕ ਉਸੇ ਕੈਦਖਾਨੇ ਵਿੱਚ ਰੱਖਿਆ ਜਾਵੇ ਔਰ ਤੁਸੀਂ ਕਾਲ ਲਈ ਆਪਣੇ ਘਰ ਅੰਨ ਲੈ ਕੇ ਚਲੇ ਜਾਓ ਆਪਣੇ ਨਿੱਕੇ ਭਰਾ ਨੂੰ ਮੇਰੇ ਕੋਲ ਲੈ ਆਓ ਤਾਂ ਜੋ ਤੁਹਾਡੀਆਂ ਗੱਲਾਂ ਪਰਖੀਆਂ ਜਾਣ ਔਰ ਤੁਸੀਂ ਨਾ ਮਰੋ ਤਾਂ ਉਹਨਾਂ ਨੇ ਓਵੇਂ ਹੀ ਕੀਤਾ ਕਿਉਂਕਿ ਜਿਸ ਤਰ੍ਹਾਂ ਯੁਨਾਹ 3 ਦਿਨ ਅਤੇ 3 ਰਾਤ ਮੱਛੀ ਦੇ ਢਿੱਡ ਵਿੱਚ ਸੀ ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਯਾਨੀ ਕਿ ਯਸੂਮ ਸੀ ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਤਿੰਨ ਦਿਨ ਅਤੇ ਤਿੰਨ ਰਾਤ ਧਰਤੀ ਦੇ ਅੰਦਰ ਹੋਵੇਗਾ ਪਰ ਹੁਣ ਮੈਂ ਉਸ ਦੇ ਕੋਲ ਜਾਂਦਾ ਹਾਂ ਜਿਨ ਮੈਨੂੰ ਕੱਲਿਆ ਸੀ ਅਤੇ ਤੁਹਾਡੇ ਵਿੱਚੋਂ ਕੋਈ ਮੈਥੋਂ ਨਹੀਂ ਪੁੱਛਦਾ ਭਈ ਤੂੰ ਕਿੱਥੇ ਜਾਂਦਾ ਹੈ ਪਰ ਇਸ ਕਰਕੇ ਜੋ ਮੈਂ ਤੁਹਾਨੂੰ ਇਹ ਗੱਲਾਂ ਕਹੀਆਂ ਹਨ ਤੁਹਾਡਾ ਦਿਲ ਗਮ ਨਾਲ ਭਰ ਗਿਆ ਹੈ ਪਰ ਮੈਂ ਤੁਹਾਨੂੰ ਸਾਥ ਟਾਕਦਾ ਹਾਂ ਭਈ ਮੇਰਾ ਜਾਣਾ ਹੀ ਤੁਹਾਡੇ ਲਈ ਚੰਗਾ ਹੈ ਕਿਉਂਕਿ ਜੇ ਮੈਂ ਨਾ ਜਾਵਾਂ ਤਾਂ ਸਹਾਇਕ ਤੁਹਾਡੇ ਕੋਲ ਨਾ ਆਵੇਗਾ ਪਰ ਜੇ ਮੈਂ ਜਾਵਾਂ ਤਾਂ ਉਹ ਨੂੰ ਤੁਹਾਡੇ ਕੋਲ ਕੱਲ ਦੇਵਾਂਗਾ ਉਹ ਆਪਣੇ ਪਿਤਾ ਯਾਕੂਬ ਕੋਲ ਕਨਾਹ ਦੇਸ਼ ਵਿੱਚ ਆਏ ਅਤੇ ਸਭ ਕੁਝ ਜੋ ਉਹਨਾਂ ਉੱਤੇ ਬੀਤਿਆ ਸੀ ਉਹਨੂੰ ਦੱਸਿਆ ਕਿ ਉਹ ਮਨੁੱਖ ਜਿਹੜਾ ਉਸ ਦੇਸ਼ ਦਾ ਹਾਕਮ ਹੈ ਸਾਨੂੰ ਕਰੜਾਈ ਨਾਲ ਬੋਲਿਆ ਅਤੇ ਸਾਨੂੰ ਦੇਸ਼ ਦਾ ਖੋਜੀ ਠਹਿਰਾਇਆ ਅਸਾਂ ਉਸ ਨੂੰ ਆਖਿਆ ਅਸੀਂ ਸੱਚੇ ਹਾਂ ਔਰ ਖੋਜੀ ਨਹੀਂ ਹਾਂ ਅਸੀਂ 12 ਭਰਾ ਆਪਣੇ ਪਿਤਾ ਦੇ ਪੁੱਤਰ ਹਾਂ ਇੱਕ ਹੈ ਨਹੀਂ ਔਰ ਨਿੱਕਾ ਅੱਜ ਦੇ ਦਿਨ ਆਪਣੇ ਪਿਤਾ ਦੇ ਕੋਲ ਕਨਾਹ ਦੇਸ਼ ਵਿੱਚ ਹੈ ਯਾਨੀ ਕਨਾਹ ਦੇਸ਼ ਯਾਨੀ ਸਵਰਗ ਦੇ ਵਿੱਚ ਐ ਜਿਹੜੀ ਗੱਲ ਹੋ ਰਹੀ ਹੈ ਜਿਹੜੀ ਯੂਸਫ ਤੇ ਯੂਸਫ ਤੇ ਭਾਈਆਂ ਦੀ ਔਰ ਯੂਸਫ ਦੇ ਬਾਪ ਦੀ ਐ ਯਸਮਸੀਦੀ ਜ਼ਿੰਦਾ ਤਮਸੀਲ ਹੈ ਔਰ ਬਾਪ ਦੀ ਆਸਮਾਨੀ ਗੱਲਾਂ ਦੀ ਜ਼ਿੰਦਾ ਤਮਸੀਲ ਹੈ ਅਗਰ ਮੁਕਾਸ਼ਫਾ ਦਾ ਰੂਹ ਔਰ ਅਗਰ ਤੁਸੀਂ ਇਹ ਕਲਾਮ ਸੱਚਾਈ ਦੇ ਰੂਹ ਨਾਲ ਸੁਣ ਰਹੇ ਹੋ ਤਾਂ ਜਿਸ ਨੇ ਮੇਰੀਆਂ ਅੱਖਾਂ ਖੋਲੀਆਂ ਉਹ ਤੁਹਾਡੇ ਦਿਲ ਦੀਆਂ ਅੱਖਾਂ ਨੂੰ ਵੀ ਚਾਨਣ ਦੇਗਾ ਤਾਂ ਉਸ ਨੇ ਜਿਹੜਾ ਉਸ ਦੇਸ਼ ਦਾ ਹਾਕਮ ਹੈ ਆਖਿਆ ਮੈਂ ਇਸ ਤੋਂ ਜਾਣਾਂਗਾ ਕਿ ਤੁਸੀਂ ਸੱਚੇ ਹੋ ਭਈ ਆਪਣਾ ਇੱਕ ਭਰਾ ਮੇਰੇ ਕੋਲ ਛੱਡੋ ਔਰ ਆਪਣੇ ਘਰ ਵਾਸਤੇ ਕਾਲ ਲਈ ਅੰਨ ਲੈ ਕੇ ਚਲੇ ਜਾਓ ਬਾਰ-ਬਾਰ ਯੂਸਫ ਆਪਣੇ ਭਰਾਵਾਂ ਨੂੰ ਕਹਿ ਰਿਹਾ ਕਿ ਜੇ ਤੁਸੀਂ ਸੱਚੇ ਜੀ ਸੱਚੇ ਜੀ ਯਾਨੀ ਕਿ ਸੱਚੇ ਦਾ ਮਤਲਬ ਬਨੀਆਮੀਨ ਯਾਨੀ ਸਚਾਈ ਦਾ ਰੂਹ ਔਰ ਆਪਣਾ ਨਿੱਕਾ ਭਰਾ ਮੇਰੇ ਕੋਲ ਲੈ ਆਓ ਤਾਂ ਮੈਂ ਜਾਣਾਂਗਾ ਕਿ ਤੁਸੀਂ ਖੋਜੀ ਨਹੀਂ ਹੋ ਸਗੋ ਤੁਸੀਂ ਸੱਚੇ ਹੋ ਫਿਰ ਮੈਂ ਤੁਹਾਡੇ ਭਰਾ ਨੂੰ ਤੁਹਾਨੂੰ ਦੇ ਦੇਵਾਂਗਾ ਅਤੇ ਤੁਸੀਂ ਇਸ ਦੇਸ਼ ਵਿੱਚ ਵਪਾਰ ਕਰਿਓ ਔਰ ਐ ਹੋਇਆ ਕਿ ਜਦੋਂ ਆਪਣੀਆਂ ਗੁਣਾ ਖਾਲੀ ਕਰ ਰਹੇ ਸਨ ਤਾਂ ਵੇਖੋ ਹਰ ਇੱਕ ਦੀ ਚਾਂਦੀ ਦੀ ਗੱਡ ਉਸ ਦੀ ਗੁਣ ਵਿੱਚ ਸੀ ਤਾਂ ਉਹ ਔਰ ਉਹਨਾਂ ਦਾ ਪਿਤਾ ਯਾਨੀ ਯਕੂਬ ਯਾਨੀ ਇਜ਼ਰਾਈਲ ਆਪਣੀਆਂ ਗੱਡਾਂ ਨੂੰ ਵੇਖ ਕੇ ਡਰ ਗਏ ਔਰ ਉਹਨਾਂ ਦੇ ਪਿਤਾ ਯਾਕੂਬ ਨੇ ਉਹਨਾਂ ਨੂੰ ਆਖਿਆ ਤੁਸੀਂ ਮੈਨੂੰ ਔਤ ਕੀਤਾ ਯੂਸਫ ਹੈ ਨਹੀਂ ਅਤੇ ਸ਼ਿਮਯੋਨ ਵੀ ਹੈ ਨਹੀਂ ਬਨੀਆਮੀਨ ਨੂੰ ਤੁਸੀਂ ਲੈ ਜਾਓਗੇ ਇਹ ਸਾਰੀਆਂ ਗੱਲਾਂ ਮੇਰੇ ਵਿਰੁੱਧ ਹੋਈਆਂ ਹਨ ਤਦ ਰੂਬੇ ਨੇ ਆਪਣੇ ਪਿਤਾ ਨੂੰ ਇਹ ਆਖਿਆ ਜੇ ਮੈਂ ਉਸ ਨੂੰ ਤੇਰੇ ਕੋਲ ਨਾ ਲਿਆਵਾਂ ਤਾਂ ਮੇਰੇ ਦੋਹਾਂ ਪੁੱਤਰਾਂ ਨੂੰ ਮਾਰ ਛੱਡੀ ਉਹ ਨੂੰ ਮੇਰੇ ਹੱਥ ਵਿੱਚ ਦੇ ਦੇ ਅਤੇ ਮੈਂ ਉਹਨੂੰ ਤੇਰੇ ਕੋਲ ਮੋੜ ਲਿਆਵਾਂਗਾ ਪਰ ਉਹ ਸਾਖਿਆ ਮੇਰਾ ਪੁੱਤਰ ਤੁਹਾਡੇ ਨਾਲ ਨਹੀਂ ਜਾਵੇਗਾ ਕਿਉਂ ਜੋ ਉਸ ਦਾ ਪਰਾ ਮਰ ਗਿਆ ਔਰ ਉਹ ਇਕੱਲਾ ਰਹਿ ਗਿਆ ਹੈ ਜੇ ਉਹਦੇ ਉੱਤੇ ਕੋਈ ਬਲਾ ਰਸਤੇ ਵਿੱਚ ਜਿੱਥੋਂ ਦੀ ਤੁਸੀਂ ਜਾਂਦੇ ਹੋ ਆ ਪਵੇ ਤਾਂ ਤੁਸੀਂ ਮੇਰੇ ਧੌਲਿਆਂ ਨੂੰ ਗੰਮ ਨਾਲ ਪਤਾਲ ਵਿੱਚ ਉਤਾਰੋਗੇ ਕਾਲ ਧਰਤੀ ਉੱਤੇ ਸਖਤ ਸੀ ਤਾਂ ਐਵੇਂ ਹੋਇਆ ਕਿ ਜਦ ਉਹਨਾਂ ਨੇ ਉਸ ਅੰਨ ਨੂੰ ਜਿਹੜਾ ਉਹ ਮਿਸਰ ਤੋਂ ਲਿਆਏ ਸਨ ਖਾ ਲਿਆ ਤਾਂ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਆਖਿਆ ਮੁੜ ਕੇ ਸਾਡੇ ਲਈ ਕੁਝ ਅੰਨ ਵਿਹਾਜ ਲਿਆਓ ਤਾਂ ਯਹੂਦਾ ਨੇ ਉਹਨੂੰ ਆਖਿਆ ਕਿ ਉਸ ਮਨੁੱਖ ਨੇ ਸਾਨੂੰ ਅਤ ਤਗੀਦ ਦਾ ਲਖਿਆ ਸੀ ਭਈ ਜੇ ਤੁਹਾਡਾ ਭਰਾ ਤੁਹਾਡੇ ਸੰਗ ਨਾ ਹੋਵੇ ਤੁਸੀਂ ਮੇਰਾ ਮੂੰਹ ਨਹੀਂ ਵੇਖੋਗੀ ਸੋ ਜੇ ਤੂੰ ਸਾਡੇ ਭਰਾ ਨੂੰ ਸਾਡੇ ਨਾਲ ਕੱਲਦਾ ਹੈ ਤਾਂ ਅਸੀਂ ਉਤਾਰ ਨੂੰ ਤੇਰੇ ਲਈ ਅਨਵਿਹਾਜਣ ਜਾਵਾਂਗੇ ਪਰ ਜੇ ਤੂੰ ਨਹੀਂ ਕੱਲਦਾ ਹੈ ਤਾਂ ਅਸੀਂ ਉਤਾਰ ਨੂੰ ਨਹੀਂ ਜਾਵਾਂਗੇ ਕਿਉਂ ਜੋ ਉਸ ਮਨੁੱਖ ਨੇ ਸਾਨੂੰ ਆਖਿਆ ਸੀ ਜੇ ਤੁਹਾਡਾ ਭਰਾ ਤੁਹਾਡੇ ਸੰਗ ਨਾ ਹੋਵੇ ਤੁਸੀਂ ਮੇਰਾ ਮੂੰਹ ਨਹੀਂ ਵੇਖੋਗੀ ਫਿਰ ਇਜ਼ਰਾਈਲ ਨੇ ਆਖਿਆ ਤੁਸੀਂ ਕਿਉਂ ਮੇਰੇ ਨਾਲ ਇਹ ਬੁਰੀਾਈ ਕੀਤੀ ਕਿ ਉਸ ਮਨੁੱਖ ਨੂੰ ਦੱਸਿਆ ਭਈ ਸਾਡਾ ਇੱਕ ਹੋਰ ਭਰਾ ਵੀ ਹੈ ਫਿਰ ਯਹੂਦਾ ਨੇ ਆਪਣੇ ਪਿਤਾ ਇਜ਼ਰਾਈਲ ਨੂੰ ਆਖਿਆ ਮੁੰਡੇ ਨੂੰ ਮੇਰੇ ਸੰਗ ਕੱਲ ਦੇ ਤਾਂ ਜੋ ਅਸੀਂ ਉੱਠ ਕੇ ਜਾਈਏ ਤੇ ਅਸੀਂ ਜੀਵੀਏ ਔਰ ਮਰ ਨਾ ਜਾਈਏ ਅਸੀਂ ਵੀ ਔਰ ਤੂੰ ਵੀ ਔਰ ਸਾਡੇ ਨਿਆਣੇ ਵੀ ਇਸੇ ਲਈ ਯਸੂਮਸੀ ਨੂੰ ਯਹੂਦਾ ਦੀ ਗੋਤਦਾ ਬੱਬਰ ਸ਼ੇਰ ਕਿਹਾ ਜਾਂਦਾ ਹੈ ਮੈਂ ਉਸ ਲਈ ਜਮਨ ਹਾਂ ਐ ਯਹੂਦਾ ਜਿਹਦਾ ਅੱਗੇ ਗੋਤ ਗੋਤ ਬਣੀ ਯਹੂਦਾ ਦਾ ਬੱਬਰ ਸ਼ੇਰ ਐ ਯਹੂਦਾ ਇਜ਼ਰਾਈਲ ਆਪਣੇ ਬਾਪ ਨੂੰ ਕਹਿ ਰਿਹਾ ਮੈਂ ਉਸ ਲਈ ਜਮਨ ਹਾਂ ਉਸ ਨੂੰ ਤੂੰ ਮੇਰੇ ਹੱਥੋਂ ਮੰਗਣਾ ਜੇ ਮੈਂ ਉਸ ਨੂੰ ਤੇਰੇ ਕੋਲ ਨਾ ਲਿਆਵਾ ਔਰ ਤੇਰੇ ਸਨਮੁਖ ਨਾ ਬਿਠਾਵਾ ਤਾਂ ਮੈਂ ਸਦਾ ਲਈ ਤੇਰਾ ਪਾਪੀ ਠਹਿਰਾਂਗਾ ਜੇ ਸੀ ਇਹ ਨਾ ਚਿਰ ਨਾ ਲਾਉਂਦੇ ਤਾਂ ਹੋਂਤ ਇੱਕ ਦੂਜੀ ਵਾਰ ਹੋ ਆਏ ਹੁੰਦੇ ਤਾਂ ਉਹਨਾਂ ਦੇ ਪਿਤਾ ਇਜ਼ਰਾਈਲ ਨੇ ਉਹਨਾਂ ਨੂੰ ਆਖਿਆ ਜੇ ਐਵੇਂ ਹੀ ਹੈ ਤਾਂ ਹੁਣ ਐਉਂ ਕਰੋ ਕਿ ਇਸ ਦੇਸ਼ ਦੀ ਸਭ ਤੋਂ ਉੱਤਮ ਪੈਦਾਵਾਰ ਆਪਣੀਆਂ ਗੁਣਾ ਵਿੱਚ ਰੱਖ ਕੇ ਉਸ ਮਨੁੱਖ ਲਈ ਸੁਗਾਤ ਲੈ ਜਾਓ ਅਰਥਾਤ ਥੋੜਾ ਗੁਗਲ ਥੋੜਾ ਸ਼ਹਿਦ ਗਰਮ ਮਸਾਲਾ ਗੰਦਰਸ ਪਿਸਤਾ ਔਰ ਬਦਾਮ ਦੁਗਣੀ ਚਾਂਦੀ ਆਪਣੇ ਹੱਥਾਂ ਵਿੱਚ ਲੈ ਜਾਓ ਨਾਲੇ ਉਹ ਚਾਂਦੀ ਜਿਹੜੀ ਤੁਹਾਡੀਆਂ ਗੁਣਾ ਦੇ ਮੂੰਹ ਵਿੱਚ ਮੋੜਾਈ ਉਹ ਆਪਣੇ ਹੱਥਾਂ ਵਿੱਚ ਲੈ ਜਾਓ ਸ਼ਾਇਦ ਇਹ ਪੁੱਲ ਹੋ ਗਈ ਹੋਵੇ ਆਪਣੇ ਭਰਾ ਨੂੰ ਵੀ ਲੈ ਜਾਓ ਔਰ ਉੱਠ ਕੇ ਉਸ ਮਨੁੱਖ ਕੋਲ ਮੁੜ ਜਾਓ ਔਰ ਸਰਬਸ਼ਕਤੀਮਾਨ ਪਰਮੇਸ਼ਰ ਤੁਹਾਨੂੰ ਉਸ ਮਨੁੱਖ ਵੱਲੋਂ ਰਹਿਮ ਬਖਸ਼ੇ ਜੋ ਔਤ ਤੁਹਾਡੇ ਦੂਜੇ ਭਰਾ ਔਰ ਬਨੀਆਮੀ ਨੂੰ ਤੁਹਾਡੇ ਨਾਲ ਕੱਲ ਦੇਵੇ ਦੂਸਰਾ ਭਰਾ ਯਾਨੀ ਬਨੀਆਮੀ ਸਚਾਈ ਦਾ ਰੂਪ ਦੂਸਰਾ ਮਦਦਗਾਰ ਅਤੇ ਮੈਂ ਜੇ ਔਤ ਹੋਇਆ ਸੋ ਔਤ ਹੋਇਆ ਕੀ ਤੂੰ ਸੱਤ ਨਹੀਂ ਮੰਨਦਾ ਜੋ ਮੈਂ ਪਿਤਾ ਵਿੱਚ ਔਰ ਪਿਤਾ ਮੇਰੇ ਵਿੱਚ ਹੈ ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖਦਾ ਹਾਂ ਆਪ ਤੋਂ ਨਹੀਂ ਆਖਦਾ ਪਰ ਪਿਤਾ ਮੇਰੇ ਵਿੱਚ ਰਹਿੰਦਿਆਂ ਆਪਣੇ ਕੰਮ ਕਰਦਾ ਹੈ ਮੇਰੀ ਪ੍ਰਤੀਤ ਕਰੋ ਕਿ ਮੈਂ ਪਿਤਾ ਔਰ ਪਿਤਾ ਮੇਰੇ ਵਿੱਚ ਹੈ ਨਹੀਂ ਤਾਂ ਕੰਮਾਂ ਹੀ ਦੇ ਕਾਰਨ ਮੇਰੀ ਪ੍ਰਤੀਤ ਕਰੋ ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਜੋ ਮੇਰੇ ਉੱਤੇ ਨੀਚਾ ਕਰਦਾ ਹੈ ਸੋ ਇਹ ਕੰਮ ਜਿਹੜੇ ਮੈਂ ਕਰਦਾ ਹਾਂ ਉਹ ਵੀ ਕਰੇਗਾ ਸਗੋਂ ਇਹਨਾਂ ਨਾਲੋਂ ਵੱਡੇ ਕੰਮ ਕਰੇਗਾ ਕਿਉਂ ਜੋ ਮੈਂ ਪਿਤਾ ਦੇ ਕੋਲ ਜਾਂਦਾ ਹਾਂ ਔਰ ਤੁਸੀਂ ਮੇਰਾ ਨਾਮ ਲੈ ਕੇ ਜੋ ਕੁਝ ਮੰਗੋਗੇ ਮੈਂ ਸੋਈ ਕਰਾਂਗਾ ਤਾਂ ਜੋ ਪੁੱਤਰ ਵਿੱਚ ਪਿਤਾ ਦੀ ਵਡਿਆਈ ਹੋਵੇ ਜੇ ਤੁਸੀਂ ਮੇਰਾ ਨਾਮ ਲੈ ਕੇ ਮੈਥੋਂ ਕੁਝ ਮੰਗੋਗੇ ਤਾਂ ਮੈਂ ਉਹੀ ਕਰਾਂਗਾ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਅਤੇ ਮੈਂ ਆਪਣੇ ਪਿਤਾ ਤੋਂ ਮੰਗਾਗਾ ਔਰ ਉਹ ਤੁਹਾਨੂੰ ਦੂਜਾ ਸਹਾਇਕ ਬਖਸ਼ੇਗਾ ਭਈ ਉਹ ਸਦਾ ਤੁਹਾਡੇ ਸੰਗ ਰਹੇ ਅਰਥਾਤ ਸਚਾਈ ਦਾ ਆਤਮਾ ਜਿਹਨੂੰ ਜਗਤ ਨਹੀਂ ਪਾ ਸਕਦਾ ਕਿਉਂ ਜੋ ਉਹ ਉਸ ਨੂੰ ਵੇਖਦਾ ਨਹੀਂ ਨਾ ਉਸ ਨੂੰ ਜਾਣਦਾ ਹੈ ਤੁਸੀਂ ਉਸ ਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਸੰਗ ਰਹਿੰਦਾ ਹੈ ਅਤੇ ਤੁਹਾਡੇ ਵਿੱਚ ਹੋਵੇਗਾ ਅਰਥਾਤ ਸਚਾਈ ਦਾ ਆਤਮਾ ਜਿਹੜਾ ਬਾਪ ਔਰ ਬੇਟੇ ਤੋਂ ਤੀਸਰੇ ਸਥਾਨ ਤੇ ਜਿਹੜਾ ਬਾਪ ਔਰ ਬੇਟੇ ਤੋਂ ਛੋਟਾ ਹੈ ਯਾਨੀ ਕਿ ਬਿਨੀਆਮੀਨ ਸਚਾਈ ਦਾ ਰੂਪ ਜਿਹਦੇ ਨਾਲ ਯੂਸਫ ਦੇ ਭਰਾਵਾਂ ਦੀ ਸਚਾਈ ਸਾਬਤ ਹੁੰਦੀ ਹੈ ਅਤੇ ਉਹ ਯੂਸਫ ਦਾ ਭਰਾ ਬਿਨੀਆਮੀਨ ਸੀ ਜਿਹੜੇ ਇੱਕ ਹੀ ਬਾਪ ਦੇ ਦੋ ਬੇਟੇ ਸਨ ਯਾਨੀ ਕਿ ਯੂਸਫ ਔਰ ਬਿਨੀਆਮੀਨ ਯੂਸਫ ਔਰ ਬਿਨੀਆਮੀਨ ਜਿਹੜਾ ਸੀਗਾ ਸਭ ਤੋਂ ਛੋਟਾ ਸੀਗਾ ਸਾਰੇ ਭਾਈਆਂ ਨਾਲੋਂ ਔਰ ਉਹਦੇ ਭਾਈ ਜਿਹੜੇ ਸੀਗੇ ਯੂਸਫ ਦੇ ਭਾਈ ਆਪਣੇ ਬਾਪ ਕੋਲ ਕਿਦੇ ਨਾਮ ਤੇ ਤਗੀਦ ਕਰਦੇ ਪੈਣੇ ਕਿ ਸਾਨੂੰ ਆ ਛੋਟਾ ਭਰਾ ਜਿਹੜਾ ਦੇਦੇ ਸਾਨੂੰ ਕਿੰਨੇ ਮੰਗਿਆ ਉਸ ਯੂਸਫ ਰਾਜੇ ਦੇ ਨਾਮ ਤੇ ਯਾਨੀ ਕਿ ਯਸੂ ਦੇ ਨਾਮ ਤੇ ਉਹ ਰਾਜਾ ਜਿਹੜਾ ਹੈ ਜੋ ਯੂਸਫ ਹੈ ਉਹ ਯਸੂ ਦੀ ਤਮਸੀਲ ਹੈ ਯਸੂ ਦੀ ਜ਼ਿੰਦਾ ਤਸਵੀਰ ਹੈ ਕਿ ਭਾਈ ਜਿਹੜੇ ਨੇ ਯਸੂ ਦੇ ਨਾਮ ਤੇ ਬਾਪ ਕੋਲ ਮੰਗਦੇ ਪੈਣੇ ਛੋਟੇ ਭਾਈ ਨੂੰ ਯਾਨੀ ਕਿ ਬਿਨਿਆ ਮੇਨ ਨੂੰ ਜਿਸ ਤਰ੍ਹਾਂ ਅਸੀਂ ਯਸੂ ਦੇ ਨਾਮ ਵਿੱਚ ਉਸ ਛੋਟੇ ਭਾਈ ਨੂੰ ਯਾਨੀ ਕਿ ਸਚਾਈ ਦੇ ਆਤਮਾ ਨੂੰ ਬਾਪ ਕੋਲੋਂ ਮੰਗਦੇ ਹਾਂ ਯਾਨੀ ਕਿ ਸਾਡੇ ਆਸਮਾਨੀ ਬਾਪ ਕੋਲੋਂ ਜਿਹੜਾ ਭਾਈਆਂ ਵਿੱਚੋਂ ਸਭ ਤੋਂ ਛੋਟਾ ਹੈ ਯਾਨੀ ਕਿ ਸਚਾਈ ਦਾ ਆਤਮਾ ਜਿਸ ਦੀ ਅਸੀਂ ਯਸੂ ਦੇ ਨਾਮ ਵਿੱਚ ਤਗੀਦ ਕਰਦੇ ਹਾਂ ਤੇ ਬਾਪ ਸਾਨੂੰ ਉਸ ਸਚਾਈ ਦਾ ਆਤਮਾ ਸਾਡੇ ਨਾਲ ਕਲਦਾ ਏ ਜਿਸ ਤਰ੍ਹਾਂ ਯੂਸਫ ਦੇ ਭਾਈਆਂ ਨਾਲ ਬਨੀਆਮੀ ਨੂੰ ਰਾਜੇ ਦੇ ਕੈਨ ਤੇ ਯਾਨੀ ਕਿ ਯੂਸਫ ਦੇ ਕੈਨ ਤੇ ਯੂਸਫ ਦੀ ਤਗੀਦ ਦੇ ਅੱਬਾ ਨੇ ਯਾਨੀ ਕਿ ਯਾਕੂਬ ਨੇ ਇਜ਼ਰਾਈਲ ਨੇ ਉਸ ਦੇ ਭਾਈਆਂ ਨਾਲ ਬਨੀਆਮੀ ਨੂੰ ਕਲਿਆ ਇਸੇ ਤਰ੍ਹਾਂ ਹੀ ਯਸੂ ਦੇ ਨਾਮ ਨਾਲ ਤਗੀਦ ਕਰਨ ਤੇ ਬਾਪ ਸਾਨੂੰ ਸਚਾਈ ਦਾ ਆਤਮਾ ਦਿੰਦਾ ਹੈ ਇਹੀ ਇਹ ਪੂਰੇ ਵੀਡੀਓ ਦਾ ਵਿਸ਼ਾ ਹੈ ਅਰਥਾਤ ਸਚਾਈ ਦਾ ਆਤਮਾ ਜਿਹਨੂੰ ਜਗਤ ਨਹੀਂ ਪਾ ਸਕਦਾ ਕਿਉਂਕਿ ਜੋ ਉਹ ਉਸ ਨੂੰ ਵੇਖਦਾ ਨਹੀਂ ਨਾ ਉਸ ਨੂੰ ਜਾਣਦਾ ਹੈ ਤੁਸੀਂ ਉਸ ਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਸੰਗ ਰਹਿੰਦਾ ਹੈ ਅਤੇ ਤੁਹਾਡੇ ਵਿੱਚ ਹੋਵੇਗਾ ਮੈਂ ਤੁਹਾਨੂੰ ਅਨਾਥ ਨਾ ਛੱਡਾਂਗਾ ਮੈਂ ਤੁਹਾਡੇ ਕੋਲ ਆਵਾਂਗਾ ਹੁਣ ਥੋੜੇ ਚਿਰ ਪਿਛੋਂ ਜਗਤ ਮੈਨੂੰ ਫੇਰ ਨਾ ਵੇਖੇਗਾ ਪਰ ਤੁਸੀਂ ਮੈਨੂੰ ਵੇਖੋਗੇ ਇਸ ਕਰਕੇ ਜੋ ਮੈਂ ਜਿਉਂਦਾ ਹਾਂ ਤੁਸੀਂ ਵੀ ਜਿਓਗੇ ਅਤੇ ਕਿਹਾ ਮੈਂ ਤੁਹਾਨੂੰ ਸੱਤ ਆਖਦਾ ਹਾਂ ਭਈ ਜੇ ਤੁਸੀਂ ਨਾ ਮੁੜੋ ਅਤੇ ਛੋਟਿਆਂ ਬਾਲਕਾਂ ਵਾਂਗੂ ਨਾ ਬਣੋ ਤਾਂ ਸਵਰਗ ਦੇ ਰਾਜ ਵਿੱਚ ਕਦੀ ਨਾ ਵੜੋਗੇ ਉਪਰੰਤ ਜੋ ਕੋਈ ਆਪਣੇ ਆਪ ਨੂੰ ਇਸ ਬਾਲਕ ਵਾਂਗ ਛੋਟਾ ਜਾਣੇ ਸੋਈ ਸਵਰਗ ਦੇ ਰਾਜ ਵਿੱਚ ਸਭਨਾ ਨਾਲੋਂ ਵੱਡਾ ਹੈ ਇਸੇ ਲਈ ਖੁਦਾਵੰ ਜਦ ਸਲੀਬ ਦਿੱਤੇ ਜਾਣ ਤੋਂ ਪਹਿਲਾਂ ਉਹ ਤੁਮਸੀਲ ਵਿੱਚ شاਗਿਰਦਾਂ ਨਾਲ ਛੋਟੇ ਬੱਚੇ ਦੀ ਤੁਮਸੀਲ ਦੇ ਨਾਲ ਉਹਨਾਂ ਨਾਲ ਗੱਲ ਕਰਦੇ ਰਹੇ ਕਿਉਂਕਿ ਸ਼ਾਗਿਰਦ ਨਹੀਂ ਜਾਣਦੇ ਸਨ ਪਰ ਯਿਸੂਮਸੀ ਉਸ ਸਮੇਂ ਨੂੰ ਜਾਣਦੇ ਸਨ ਉਹ ਇਸ ਲਈ ਉਹਨਾਂ ਨਾਲ ਗੱਲਾਂ ਕਰਦੇ ਸਨ ਕਿ ਜਦੋਂ ਉਹ ਸਮਾਂ ਪੂਰਾ ਹੋ ਜਾਵੇ ਤਾ ਉਹਦੇ ਚੇਲੇ ਉਹਦੇ شاਗਿਰਦ ਉਹ ਗੱਲਾਂ ਨੂੰ ਯਾਦ ਕਰਕੇ ਗਵਾਟ ਹੈਰ ਜਾਣ ਔਰ ਛੋਟੇ ਬੱਚੇ ਦੀ ਮੁਰਾਦ ਯਾਨੀ ਕਿ ਸਚਾਈ ਦਾ ਰੂਹ ਯਾਨੀ ਕਿ ਬਨੀਆਮੀਨ ਯਾਨੀ ਕਿ ਸਚਾਈ ਦਾ ਰੂਹ ਜੋ ਬਾਪ ਔਰ ਯਸੂ ਤੋ ਬਾਦ ਯਸੂਦੇ ਤਗੀਦ ਕਰਨ ਨਾਲ ਬਾਪ ਤੋਂ شاਗਿਰਦਾਂ ਨੂੰ ਹਾਸਿਲ ਹੋਣਾ ਸੀ ਯੇਸੂ ਜੀ ਦੇ ਸਲੀਬ ਦਿੱਤੇ ਜਾਣ ਤੋਂ ਬਾਅਦ ਔਰ ਤੀਸਰੇ ਦਿਨ ਮੁਰਦਿਆਂ ਵਿੱਚੋਂ ਬਾਪ ਦੇ ਜਲਾਲ ਵਿੱਚ ਜੀ ਉੱਠਣ ਤੋਂ ਬਾਅਦ ਜਿਹੜਾ ਯੇਸੂ ਦੇ ਨਾਮ ਤੇ ਤਗੀਦ ਕਰਨ ਨਾਲ ਮਿਲਣਾ ਸੀ ਜਿਦਾ ਵਾਅਦਾ ਕੀਤਾ ਗਿਆ ਸੀਗਾ ਜਿਦਾ ਇਕਰਾਰ ਕੀਤਾ ਗਿਆ ਸੀਗਾ ਤਾਂ ਉਹ ਗੱਲਾਂ ਯੇਸੂਸੀ ਤਮਸੀਲ ਵਿੱਚ ਛੋਟੇ ਬੱਚੇ ਨੂੰ ਲੈ ਕੇ ਉਸ ਛੋਟੇ ਦੀ ਗੱਲ ਕਰਦੇ ਪਏ ਨੇ ਜਿਹੜਾ ਯਸੂ ਦੇ ਨਾਮ ਤੋਂ ਸਵਰਗ ਤੋਂ ਮਿਲਦਾ ਹੈ ਜਿਹੜਾ ਸਵਰਗ ਤੋਂ ਉਤਰਦਾ ਹੈ ਯਾਨੀ ਕਿ ਸਚਾਈ ਦਾ ਆਤਮਾ ਦੂਸਰਾ ਮਦਦਗਾਰ ਜਿਸ ਦੀ ਮੁਰਾਦ ਜਿਸ ਦਾ ਵਿਸ਼ਾ ਯਾਨੀ ਕਿ ਬਿਨੀਆਮੀਨ ਬਿਨੀਆਮੀਨ ਸਚਾਈ ਦੇ ਰੂਪ ਦੀ ਤਸਵੀਰ ਹੈ ਤਮਸੀਲ ਹੈ ਜਿਹੜੀ ਸਮਾਪੂਰ ਹੋਣ ਦੇ ਨਾਲ ਸਾਡੇ ਸਾਹਮਣੇ ਆਉਂਦੀ ਹੈ ਔਰ ਜਿਹਦੇ ਉੱਤੇ ਮਕਾਸ਼ਫੇ ਦਾ ਰੂਹ ਔਰ ਇਸਮਸੀ ਦਾ ਫਜ਼ਲ ਹੋਵੇ ਤਾਂ ਉਸ ਉੱਤੇ ਇਹ ਗੱਲਾਂ ਜ਼ਾਹਿਰ ਹੁੰਦੀਆਂ ਨੇ ਔਰ ਜਿਸ ਤਰ੍ਹਾਂ ਮੇਰੇ ਤੇ ਜ਼ਾਹਿਰ ਹੋਈ ਉਸੇ ਤਰ੍ਹਾਂ ਖੁਦਾਵੰ ਯਿਸੂ ਤੁਹਾਡੇ ਉੱਤੇ ਵੀ ਕਰੇ ਤਾਂ ਦੋਸ ਨੇ ਉਹਨਾਂ ਨੂੰ ਆਖਿਆ ਇਹ ਮੇਰੀਆਂ ਉਹ ਗੱਲਾਂ ਹਨ ਜਿਹੜੀਆਂ ਮੈਂ ਤੁਹਾਡੇ ਨਾਲ ਹੁੰਦਿਆਂ ਹੋਇਆਂ ਤੁਹਾਨੂੰ ਆਖੀਆਂ ਭਈ ਉਹਨਾਂ ਸਭਨਾਂ ਗੱਲਾਂ ਦਾ ਪੂਰਾ ਹੋਣਾ ਜ਼ਰੂਰੀ ਹੈ ਜੋ موسی ਦੀ ਤੁਰੇਤ ਅਤੇ ਨਬੀਆਂ ਦੀਆਂ ਪੁਸਤਕਾਂ ਅਤੇ ਜ਼ਬੂਰਾਵਾਂ ਵਿੱਚ ਮੇਰੇ ਹੱਕ ਵਿੱਚ ਲਿਖੀਆਂ ਹੋਈਆਂ ਹਨ ਯਾਨੀ ਕਿ ਯਿਸੂਮਸੀ ਦੇ ਹੱਕ ਵਿੱਚ موسی ਦੀ ਤੁਰੇਤ ਅਤੇ ਨਬੀਆਂ ਦੀਆਂ ਪੁਸਤਕਾਂ ਅਤੇ ਜ਼ਬੂਰਾਵਾਂ ਵਿੱਚ ਯਿਸੂਮਸੀ ਦੇ ਹੱਕ ਵਿੱਚ ਲਿਖੀਆਂ ਹੋਈਆਂ ਹਨ ਜਦ ਉਸ ਨੇ ਉਹਨਾਂ ਦੀ ਬੁੱਧ ਖੋਲ ਦਿੱਤੀ ਜੋ ਪੁਸਤਕਾਂ ਨੂੰ ਸਮਝ ਲੈਣ ਕਿਉਂਕਿ ਜੋ ਕੁਝ ਅੱਗੇ ਲਿਖਿਆ ਗਿਆ ਯਾਨੀ ਕਿ موسی ਦੀ ਤੁਰੇਤ ਨਬੀਆਂ ਦੀਆਂ ਪੁਸਤਕਾਂ ਅਤੇ ਜ਼ਬੂਰਾ ਵਿੱਚ ਜੋ ਕੁਝ ਅੱਗੇ ਲਿਖਿਆ ਗਿਆ ਸੋ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ ਭਈ ਅਸੀਂ ਧੀਰਜ ਤੋਂ ਅਤੇ ਧਰਮ ਪੁਸਤਕ ਦੇ ਦਿਲਾਸੇ ਤੋਂ ਆਸਾ ਰੱਖੀਏ ਧਰਮ ਪੁਸਤਕ ਯਾਨੀ موسی ਦੀ ਤੁਰੇਤ ਜ਼ਬੂਰ ਔਰ ਨਬੀਆਂ ਦੀਆਂ ਪੁਸਤਕਾਂ ਯਾਨੀ ਧਰਮ ਪੁਸਤਕ ਔਰ ਉਹ ਧਰਮ ਪੁਸਤਕ ਕਿਦੇ ਹੱਕ ਵਿੱਚ ਲਿਖੀ ਗਈ ਆ ਯਸੁਮ ਸੀਦੇ ਹੱਕ ਵਿੱਚ ਔਰ ਯਸੁਮ ਸੀਦੀ ਧਾਰਮਿਕਤਾ ਨਾਲ ਅਸੀਂ ਵਿਸ਼ਵਾਸ ਵਿੱਚ ਜਿਉਂਦੇ ਆ ਯਸੂਮਸੀ ਤੇ ਵਿਸ਼ਵਾਸ ਲਿਆਉਣ ਦੇ ਨਾਲ ਅਤੇ ਯਸੂਮਸੀ ਦੀ ਧਾਰਮਿਕਤਾ ਵਿਸ਼ਵਾਸ ਦੇ ਨਾਲ ਸਾਡੀ ਜ਼ਿੰਦਗੀ ਵਿੱਚ ਕੰਮ ਕਰਦੀ ਹੈ ਅਤੇ ਧੀਰਜ ਅਤੇ ਦਿਲਾਸੇ ਦਾ ਪਰਮੇਸ਼ਰ ਤੁਹਾਨੂੰ ਇਹ ਬਖਸ਼ੇ ਜੋ ਮਸੀਹ ਯਸੂ ਦੇ ਅਨੁਸਾਰ ਆਪੋ ਵਿੱਚ ਮੇਲ ਰੱਖੋ ਤਾਂ ਜੋ ਤੁਸੀਂ ਇੱਕ ਮਨ ਹੋ ਕੇ ਇੱਕ ਜ਼ਬਾਨ ਨਾਲ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ਰ ਅਤੇ ਪਿਤਾ ਦੀ ਵਡਿਆਈ ਕਰੋ ਇਸੇ ਕਾਰਨ ਤੁਸੀਂ ਇੱਕ ਦੁਆਏ ਨੂੰ ਕਬੂਲ ਕਰੋ ਜਿਵੇਂ ਮਸੀਹ ਨੇ ਵੀ ਤੁਹਾਨੂੰ ਕਬੂਲ ਕੀਤਾ ਭਈ ਪਰਮੇਸ਼ਰ ਦੀ ਵਡਿਆਈ ਹੋਵੇ ਜਦ ਅਬਰਾਹਮ ਨੂੰ ਖੁਦਾਵੰ ਨੇ ਕਿਹਾ ਜਦੋਂ ਅਬਰਾਹਮ 99 ਵਰਿਆ ਦਾਸੀ ਉਹਦੇ ਸਾਹਮਣੇ ਆਏ ਤੇ ਖੁਦਾਵੰ ਨੇ ਉਹਨਾਂ ਨੂੰ ਕਿਹਾ ਕਿ ਤੂੰ ਮੇਰੇ ਹਜ਼ੂਰ ਚੱਲ ਤੇ ਕਾਮਿਲ ਹੋ ਖੁਦਾਵੰ ਨੇ ਉੱਥੇ ਇਬਰਾਹਿਮ ਨੂੰ ਇਹ ਨਹੀਂ ਆਖਿਆ ਕਿ ਪਹਿਲਾਂ ਤੂੰ ਕਾਮਿਲ ਹੋ ਤਾਂ ਫਿਰ ਤੂੰ ਮੇਰੇ ਹਜ਼ੂਰ ਚੱਲ ਸਕਦਾ ਹੈ ਉੱਥੇ ਲਿਖਿਆ ਕਿ ਤੂੰ ਮੇਰੇ ਹਜ਼ੂਰ ਚੱਲਦਾ ਜਾ ਔਰ ਕਾਮਿਲ ਹੁੰਦਾ ਜਾ ਇਸੇ ਤਰ੍ਹਾਂ ਹੀ ਅਸੀਂ ਯਸੂ ਦੇ ਵੱਲ ਤੱਕਦੇ ਰਹਿਣਾ ਹੈ ਅਤੇ ਕਾਮਿਲ ਹੋਣਾ ਹੈ ਅਤੇ ਯਸੂ ਦੇ ਵੱਲ ਤੱਕਦੇ ਰਹੀਏ ਜਿਹੜਾ ਨੇਚਾ ਦਾ ਕਰਤਾ ਔਰ ਸੰਪੂਰਨ ਕਰਨ ਵਾਲਾ ਹੈ ਅਸੀਂ ਯਸੂ ਵੱਲ ਤੱਕਦੇ ਰਹਿਵਾਂ ਔਰ ਉਹਦੇ ਵੱਲ ਤੱਕਣ ਦਾ ਮਤਲਬ ਯਾਨੀ ਕਿ ਉਹਦੇ ਉੱਤੇ ਵਿਸ਼ਵਾਸ ਰੱਖਣ ਨਾਲ ਅਸੀਂ ਕਾਮਿਲ ਹੁੰਨੇ ਆ ਨਾ ਕਿ ਆਪਣੇ ਕੰਮਾਂ ਜਾਂ ਕਹਿਣੀਆਂ ਜਾਂ ਕਰਨੀਆਂ ਤੋਂ ਯਸੂਮਸੀ ਤੇ ਵਿਸ਼ਵਾਸ ਰੱਖਣ ਨਾਲ ਅਸੀਂ ਕਾਮਿਲ ਅਤੇ ਸੰਪੂਰਨ ਹੁੰਨੇ ਆ ਕਿਉਂਕਿ ਯਸੂਮਸੀ ਦੀ ਸੰਪੂਰਨਤਾ ਸਾਡੇ ਅੰਦਰ ਕੰਮ ਕਰਦੀ ਹੈ ਨਾ ਕਿ ਸਾਡੀਆਂ ਕਹਿਣੀਆਂ ਕਰਨੀਆਂ ਤੋਂ ਸਾਡੀ ਧਾਰਮਿਕਤਾ ਹੈ ਸਾਡੀ ਧਾਰਮਿਕਤਾ ਹੈ ਯਸੂਮਸੀ ਤੇ ਵਿਸ਼ਵਾਸ ਰੱਖਣਾ ਕਿਉਂਕਿ ਧਰਮ ਸਿਰਫ ਇੱਕੋ ਹੀ ਹੈ ਧਰਮ ਆਸਮਾਨੀ ਬਾਪ ਹੈ ਤੇ ਉਹਦੀ ਧਾਰਮਿਕਤਾ ਯਿਸੂ ਮਸੀਹ ਦੇ ਵਸੀਲੇ ਸਾਡੇ ਵਿੱਚ ਕੰਮ ਕਰਦੀ ਹੈ ਇਸ ਲਈ ਕਿ ਯਿਸੂ ਮਸੀਹ ਦੇ ਵਸੀਲੇ ਬਾਪ ਦੇ ਨਾਮ ਨੂੰ ਜلال ਮਿਲੇ ਬਾਪ ਦੇ ਨਾਮ ਦੀ ਵਡਿਆਈ ਹੋਵੇ ਔਰ ਬਾਪ بیٹے ਵਿੱਚ ਮਿਲ ਕੇ ਆਪਾਂ ਸਾਰੇ ਇੱਕ ਹੋ ਜਾਈਏ ਸੁਮਸੀ ਯਿਸੂ ਵਿੱਚ ਆਪ ਦੀ ਸਲਾਮਤੀ ਹੋਵੇ ਇਸੇ ਤਰੀਕੇ ਨਾਲ ਮੈਂ ਅੱਗੇ ਵੀਡੀਓ ਲੈ ਕੇ ਆਉਂਦਾ ਰਵਾਂਗਾ ਖੁਦਾਵੰਦ ਦੇ ਫਜ਼ਲ ਨਾਲ ਖੁਦਾਵੰਦੀ ਮਰਜ਼ੀ ਨਾਲ ਔਰ ਐ ਮੇਰੀ ਦੂਜੀ ਵੀਡੀਓ ਪੰਜਾਬੀ ਦੇ ਵਿੱਚ ਅੱਗੇ ਵੀ ਖੁਦਾਵੰਦ ਦੀ ਮਰਜ਼ੀ ਪੂਰੀ ਹੋਵੇ ਖੁਦਾਵੰਦ ਦੇ ਫਜ਼ਲ ਨਾਲ ਮੈਂ ਕੋਸ਼ਿਸ਼ ਕਰਾਂਗਾ ਕਿ ਪੰਜਾਬੀ ਵਿੱਚ ਵੱਧ ਤੋਂ ਵੱਧ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰਾਂ ਵੱਧ ਤੋਂ ਵੱਧ ਅੱਛੇ ਵਿਸ਼ੇ ਸ਼ੇਅਰ ਕਰਾਂ ਜਿਦੇ ਨਾਲ ਅਸੀਂ ਖੁਦਾਵੰਦੀ ਮਾਮੂਰੀ ਵਿੱਚ ਮਾਮੂਰ ਹੁੰਦੇ ਜਾਈਏ ਅਸੀਂ ਯਿਸੂ ਵਿੱਚ ਤੁਹਾਡੀ ਸਲਾਮਤੀ ਹੋਵੇ